ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਫਰੰਟਲਾਈਨ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਪੰਜਾਬ ਵਿੱਚ ਕਈ ਰੂਹ ਨੂੰ ਕੰਬਾਉਣ ਵਾਲੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਜਿਹੀ ਇੱਕ ਖਬਰ ਆ ਰਹੀ ਹੈ ਪਟਿਆਲਾ ਤੋਂ ਪੁਲਿਸ ਨੇ ਖੇੜੀ ਗੰਡਿਆਂ ਦੇ ਸਕੇ ਭਰਾ ਜਸ਼ਨਦੀਪ ਅਤੇ ਹਸਨਦੀਪ ਦੇ ਕਤਲ ਮਾਮਲੇ ਨੂੰ ਸੁਲਝਾ ਲਿਆ ਪੁਲਿਸ ਅਨੁਸਾਰ ਹੱਤਿਆ ਬੱਚਿਆਂ ਦੀ ਮਾਂ ਨੇ ਆਪਣੇ ਪ੍ਰੇਮੀ ਦਿਔਰ ਦੇ ਨਾਲ ਮਿਲ ਕੇ ਕੀਤੀ ਸੀ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ 5 ਦਿਨਾਂ ਦਾ ਰਿਮਾਂਡ ਲੈ ਲਿਆ ਪੁਲਿਸ ਅਨੁਸਾਰ 22 ਜੁਲਾਈ 2019 ਨੂੰ ਜਸ਼ਨਦੀਪ ਅਤੇ ਹਰਸਨਦੀਪ ਘਰ ਦੇ ਕੋਲ ਦੁਕਾਨ ਤੋਂ ਕੋਲਡ ਡਰਿੰਕ ਲੈਣ ਗਏ ਸੀ ਬਾਅਦ ਵਿੱਚ ਉਹ ਨਹਿਰ ਤੋਂ ਬ੍ਰਾਹਮਤ ਹੋਏ ਸੀ ਉਸ ਸਮੇਂ ਦੇ ਐਸਐਸਪੀ ਮਨਦੀਪ ਸਿੱਧੂ ਨੇ ਜਾਂਚ ਲਈ ਟੀਮਾਂ ਬਣਾਈਆਂ ਸਨ ਹੁਣ ਮੌਜੂਦਾ ਐਸਐਸਪੀ ਵਿਕਰਮਜੀਤ ਦੀ ਅਗਵਾਈ ਵਿੱਚ ਡੀਐਸਪੀ ਕਨੌਰ ਦੀ ਅਗਵਾਈ ਵਿੱਚ ਬਣਾਈ ਟੀਮ ਨੇ ਕਰੀਬ 1.5 ਸਾਲ ਜਾਂਚ ਤੋਂ ਬਾਅਦ ਬੱਚਿਆਂ ਦੀ ਅਸਲ ਕਾਤਲ ਉਹਨਾਂ ਦੀ ਮਾਂ ਮਨਜੀਤ ਘੋੜਤ ਹੈ ਉਸਦੇ ਪ੍ਰੇਮੀ ਦਯੋਰ ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਦੋਸਤੋ ਜਲਦੀ ਮਿਲਦੇ ਹਾਂ ਇੱਕ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ